ਪੰਜਾਬ ਵਿਧਾਨ ਸਭਾ ਦੇ ਅੱਜ ਤੀਸਰੇ ਦਿਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਹਾਲੇ ਬਹਿਸ ਹੋਣੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨੇ ਵਾਕਆਊਟ ਕਰ ਦਿੱਤਾ ਹੈ। ਸਾਡੇ ਨਾਲ ਪਰਮਿੰਦਰ ਢੀਂਡਸਾ ਜੀ ਆ, ਉਹਨਾਂ ਤੋਂ ਜਾਣਦੇ ਹਾਂ ਕਿ ਵਾਕਆਊਟ ਦੀ ਕੀ ਵਜ੍ਹਾ ਰਹੀ। ਢੀਂਡਸਾ ਸਾਹਿਬ, ਵਾਕਆਊਟ ਦੀ ਕੀ ਵਜ੍ਹਾ ਰਹੀ? ਦੇਖੋ, ਵਾਕਆਊਟ ਹੈ ਸਾਨੂੰ ਬੋਲਣ ਦਾ, ਪਹਿਲਾਂ ਜਦ CM ਸਾਹਿਬ ਨੇ ਆਪਦੀ ਗੱਲ ਕੀਤੀ ਹੈ ਉਹਦਾ ਜਵਾਬ ਦੇਣ ਦਾ ਮੌਕਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਚਾਹੀਦਾ ਸੀ। ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬੋਲਣ ਨਹੀਂ ਦਿੱਤਾ ਅਤੇ ਨਾ ਹੀ ਸਪੀਕਰ ਸਾਹਿਬ ਨੇ ਬੋਲਣ ਦਿੱਤਾ, ਜਿਹਦੇ 'ਚ ਅਸੀਂ ਸਾਨੂੰ ਉੱਠ ਕੇ ਜਿਹੜਾ ਬਾਹਰ ਆਉਣਾ ਪਿਆ। ਢੀਂਡਸਾ ਸਾਹਿਬ, ਕੀ ਹੈ ਜਿਹੜੀ ਰਿਪੋਰਟ ਆ, ਲਗਾਤਾਰ ਤੁਸੀਂ ਇਸ 'ਤੇ ਓਬਜੈਕਸ਼ਨ ਕਰਦੇ ਆ ਰਹੇ ਹੋ। ਤੁਸੀਂ ਪਹਿਲੇ ਵਿਧਾਨ ਸਭਾ ਦੇ ਬਾਹਰ ਪੇਜ ਉਹਨਾਂ ਦੇ ਉੜਾਏ, ਉਸ ਤੋਂ ਬਾਅਦ ਕੱਲ੍ਹ ਤੁਸੀਂ ਟਾਵਰ ਲੋਕੇਸ਼ਨਾਂ ਲਿਆ, ਤੁਸੀਂ ਕਿਹਾ ਵੀ ਇਹ ਇੱਕ ਸਾਜਿਸ਼ ਆ, ਲੇਕਿਨ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਮਤਲਬ ਹਾਊਸ ਦੇ ਵਿੱਚ ਲੀਡਰ ਆਫ ਹਾਊਸ ਨੇ ਕਿਹਾ ਵੀ ਜਿਹੜੀ ਇਹ ਟਾਵਰ ਲੋਕੇਸ਼ਨ ਹੈ ਇਹ ਸਾਰੀਆਂ ਫਰਜ਼ੀ ਆ, ਇਸ 'ਚ ਕੋਈ ਸੱਚਾਈ ਨਹੀਂ। ਦੇਖੋ, ਉਹਨਾਂ ਦੇ ਕਹਿਣ ਨਾਲ ਹੀ ਅੱਜ ਕਮੇਟੀ ਬੈਠੀ ਹੈ, ਕਮੇਟੀ ਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਪਤਾ ਚੱਲੇਗਾ। ਤੁਸੀਂ ਅੱਜ ਕਿਵੇਂ ਕਹਿ ਉਹੀ ਉਹਨਾਂ ਦੇ ਕਹਿਣ ਤੋਂ ਬਾਅਦ ਫਰਜ਼ੀ ਹੈ? ਅਸੀਂ ਤਾਂ ਕਹਿੰਦੇ ਹਾਂ ਵੀ ਟਾਵਰਾਂ ਦੀ ਲੋਕੇਸ਼ਨ, ਕਿਹੜੇ ਕਿਹੜੇ ਬੰਦੇ ਦੇ ਘਰ ਦੇ ਵਿੱਚ ਮੀਟਿੰਗ ਹੋਈ, ਕਿਹੜੇ ਕਿਹੜੇ ਬੰਦੇ ਵਿੱਚ ਹਾਜ਼ਰ ਹੋਏ, ਉਹ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕਿਹਦੇ ਕਿਹਦੇ ਖਾਤੇ 'ਚ ਕਿੰਨਾ ਕਿੰਨਾ ਪੈਸਾ ਆਇਆ, ਕਿੱਥੋਂ ਆਇਆ, ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਫਿਰ ਹੀ ਜਿਹੜੀ ਨਿਰਪੱਖ ਇਨਵੈਸਟੀਗੇਸ਼ਨ ਬਣ ਸਕਦੇ ਹਾਂ ਨਾ ਆਪਾਂ। ਇੱਕ ਪੁਆਇੰਟ ਨੂੰ ਲੈ ਕੇ ਇਨਵੈਸਟੀਗੇਸ਼ਨ ਅਸੀਂ ਕਹਿੰਦੇ ਟਾਵਰਾਂ ਦੀ ਵੀ ਕਰ ਲਓ, ਪਰ ਨਾਲ ਦੂਜਾ ਸਾਰੀ ਚੀਜ਼ਾਂ ਨੂੰ ਜਿਹੜਾ ਨਾਲ ਇਨਵੈਸਟੀਗੇਟ ਕਰੋ। ਇੱਕ ਹੋਰ ਉਹਨਾਂ ਨੇ ਜਿਹੜੇ ਹਾਊਸ ਔਨ ਫਲੋਰ ਉਹਨਾਂ ਨੇ ਗੱਲ ਕਹੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜੀ ਇਹ ਟਾਵਰਾਂ ਦੀ ਲੋਕੇਸ਼ਨ ਲੈਣਾ ਇਹ ਇੱਕ ਜੁਰਮ ਹੈ, ਇਸ 'ਤੇ FIR ਦਰਜ ਹੋ ਕੇ ਵੀ ਅਰੈਸਟ ਵੀ ਕੀਤਾ ਜਾ ਸਕਦਾ। ਇੱਕ ਇਹ ਬਹੁਤ ਵੱਡਾ ਜੁਰਮ ਹੈ ਜਿਹੜੀ ਕਿ ਸਰਕਾਰ ਦੀ ਅਨੁਮਤੀ ਤੋਂ ਬਿਨਾਂ ਇਹ ਕਿੱਦਾਂ ਲਿੱਤੀ ਗਈ? ਜੇ ਉਹਨਾਂ ਨੂੰ ਲੱਗਦਾ ਜੁਰਮ ਹੈ ਕਾਰਵਾਈ ਕਰਨ ਭੱਜ ਰਹੇ। ਦੇਖੋ, ਜਦ ਬੰਦੇ ਦੇ ਮਨ ਦੇ ਵਿੱਚ ਚੋਰ ਹੋਵੇ ਤਾਂ ਉਹ ਡਰਿਆ ਹੋਇਆ ਇਹੋ ਜਿਹੀ ਗੱਲ ਕਰਦਾ ਵੀ ਜੀ ਕਿੱਥੋਂ ਆ ਗਈਆਂ, ਇਹ ਆ ਗਈਆਂ, ਉਹ ਮੁੱਦਿਆਂ ਤੋਂ ਭਟਕ ਰਹੇ ਨੇ। ਅਸੀਂ ਤਾਂ ਕਿਹਾ ਵੀ ਟਾਵਰ ਦੀ ਲੋਕੇਸ਼ਨ 'ਚ ਸਾਬਤ ਹੋ ਰਿਹਾ, ਉਹ ਕਹਿੰਦੇ ਵੀ ਲੈਣੀ ਜੁਰਮ ਹੈ। ਤੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਅਕਾਲੀ ਦਲ ਭੱਜ ਕਿਉਂ ਰਿਹਾ, ਮੈਂ ਕਿਉਂ ਉਸ 'ਤੇ ਬਹਿਸ ਕਿਉਂ ਨਹੀਂ ਕਰਨਾ ਚਾਹੁੰਦਾ? ਗੱਲ ਬਹਿਸ ਕਰਨ ਦੀ ਨਹੀਂ ਹੈ, ਗੱਲ ਹੈ ਵੀ ਰਿਪੋਰਟ ਇੱਕ ਜਾਲਸਾਜ਼ੀ ਹੈ। ਸ਼ੁਰੂ ਤੋਂ ਅਸੀਂ ਕਹਿ ਰਹੇ ਹਾਂ ਹੋਰ ਕਿਸੇ ਇੰਡੀਪੈਂਡੈਂਟ ਜੱਜ ਤੋਂ ਕਰਾ ਲਓ, ਜ਼ਰੂਰੀ ਜਸਟਿਸ ਰਣਜੀਤ ਸਿੰਘ ਤੋਂ ਕਰਾਉਣੀ ਹੈ, ਜਿਨ੍ਹਾਂ ਦੀ ਸ਼ੁਰੂ ਤੋਂ ਹੀ ਪੱਖਪਾਤੀ ਰਵੱਈਆ, ਜਦ ਜੱਜ ਸੀਗੇ ਉਦੋਂ ਵੀ ਪੱਖਪਾਤੀ ਰਵੱਈਆ ਰਿਹਾ। ਉਹਨਾਂ ਕੋਲ ਕੋਈ ਵੀ ਕੇਸ ਲੱਗਦਾ ਸੀ ਤਾਂ ਅਸੀਂ ਉਦੋਂ ਵੀ ਕਹਿੰਦੇ ਸੀ ਵੀ ਇਹਨਾਂ ਕੋਲ ਨਹੀਂ ਲੱਗਣਾ ਚਾਹੀਦਾ, ਅਤੇ ਹਾਈ ਕੋਰਟ ਵੱਲੋਂ ਸ਼ਿਫਟ ਹੁੰਦਾ ਰਿਹਾ। ਖਹਿਰਾ ਸਾਹਿਬ ਦੇ ਸਕੇ ਜੀਜਾ ਜੀ ਨੇ ਉਹ, ਕਿ ਆਪਦੇ ਰਿਸ਼ਤੇਦਾਰਾਂ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਲੱਭਦਾ ਨਹੀਂ ਜੱਜ ਕਮਿਸ਼ਨ ਲਾਉਣ ਵਾਸਤੇ। ਕਿੰਨੇ ਜੱਜ ਨੇ ਜਿਹੜੇ ਬੜੇ ਇਮਾਨਦਾਰ ਨਿਰਪੱਖ ਜੱਜ ਹਾਈ ਕੋਰਟ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਜਾਂ ਸਰਵਿੰਗ ਨੇ, ਉਹਨਾਂ 'ਚੋਂ ਕਿਸੇ ਨੂੰ ਵੀ ਲਾਇਆ ਜਾਂਦਾ? ਅਸੀਂ ਮੰਨਦੇ ਹਾਂ ਰਿਪੋਰਟ ਨੂੰ, ਪਰ ਇਹ ਤਾਂ ਇੱਕ ਸ਼ੁਰੂ ਤੋਂ ਹੀ ਅਕਾਲੀ ਦਲ ਨੂੰ ਦਬਾਉਣ ਦੀ, ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ, ਹੋਰ ਕੁਛ ਨਹੀਂ। ਅਕਾਲੀ ਦਲ ਦੇ ਖਿਲਾਫ਼ ਹੁਣ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ, ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ? ਯਾਰ, ਜੋ ਮਰਜ਼ੀ ਕਰੀ ਜਾਣ, ਉਹਨਾਂ ਕੋਲ ਮੈਜੋਰਿਟੀ ਹੈ, ਮੈਜੋਰਿਟੀ ਨਾਲ ਜੋ ਮਰਜ਼ੀ ਪਾਸ ਕਰਵਾ ਸਕਦੇ ਆ, ਪਰ ਅਕਾਲੀ ਦਲ ਦੀ ਆਵਾਜ਼ ਨਹੀਂ ਦਬਾ ਸਕਦੇ। ਅਤੇ ਜਿਹੜੀ ਹੁਣ ਅੱਜ ਬਹਿਸ ਹੋਣੀ ਹੈ ਇਸ ਰਿਪੋਰਟ ਦੇ ਉੱਤੇ, ਕੀ ਅਕਾਲੀ ਦਲ ਉਸ 'ਚ ਭਾਗ ਲਏਗਾ? ਜਿਹੜੀ ਰਿਪੋਰਟ ਨੂੰ ਅਸੀਂ ਮੰਨਦੇ ਹੀ ਨਹੀਂ ਉਹ 'ਚ ਕੀ ਭਾਗ ਲੈਣਾ? ਅਸੀਂ ਉਸ ਰਿਪੋਰਟ ਨੂੰ ਮੰਨਦੇ ਹੀ ਨਹੀਂ ਵੀ ਉਹ, ਅਸੀਂ ਕਹਿੰਦੇ ਹਾਂ ਵੀ ਬਿਲਕੁਲ ਨਿਰਧਾਰਤ ਹੈ ਅਤੇ ਉਹ ਇੱਕ ਜਾਲਸਾਜ਼ੀ ਹੈ ਪੰਜਾਬ ਦੇ ਲੋਕਾਂ ਨਾਲ। ਬਈ, ਤੁਸੀਂ ਭਾਗ ਨਹੀਂ ਲੈ ਰਹੇ? ਦੇਖੋ, ਜਦ ਮੈਂ ਇਹ ਗੱਲ ਕਹਿੰਦਾ ਵੀ ਜਾਲਸਾਜ਼ੀ ਆ ਉਹ। ਇਹ ਸੀਗੇ ਪਰਮਿੰਦਰ ਸਿੰਘ ਢੀਂਡਸਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਅੱਜ ਵਿਧਾਨ ਸਭਾ 'ਚ ਰੱਖੀ ਗਈ ਹੈ ਅਤੇ ਉਸ 'ਤੇ ਜਿਹੜੀ ਬਹਿਸ ਹੋਣੀ ਆ ਉਹ ਇਸ ਬਹਿਸ 'ਚ ਭਾਗ ਨਹੀਂ ਲੈਣਗੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ।